ਗੁਰਦਾਸਪੁਰ ਦੇ ਪਿੰਡ ਡੀਡਾ ਸਾਂਸੀਆਂ ਦੇ ਵਿੱਚ ਨਹਿਰੀ ਵਿਭਾਗ ਦੇ ਨੋਟਿਸ ਜਾਰੀ ਹੋਏ। ਨਹਿਰੀ ਵਿਭਾਗ ਨੇ 71 ਲੋਕਾਂ ਨੂੰ ਘਰ ਖਾਲੀ ਕਰਨ ਦੇ ਨੋਟਿਸ ਜਾਰੀ ਕਰ ਦਿੱਤੇ ਨੇ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੇ ਗੰਭੀਰ ਇਲਜ਼ਾਮ ਲਗਾਏ ਨੇ। ਨਸ਼ਾ ਤਸਕਰਾਂ ਦੀ ਆੜ ਦੇ ਵਿੱਚ ਬਾਕੀ ਪਿੰਡ ਵਾਸੀਆਂ ਨੂੰ ਬਦਨਾਮ ਕੀਤਾ ਜਾ ਰਿਹਾ ਤੇ ਲੋਕਾਂ ਵੱਲੋਂ ਇੱਥੇ ਪਿੰਡ ਵਾਸੀਆਂ ਵੱਲੋਂ ਇੱਥੇ ਇਲਜ਼ਾਮ ਲਗਾਏ ਜਾ ਰਹੇ ਨੇ। ਉੱਥੇ ਪ੍ਰਸ਼ਾਸਨਿਕ ਅਧਿਕਾਰੀ ਜਿਨ੍ਹਾਂ ਨੇ ਕਿਹਾ ਕਿ ਇਹ ਕੋਈ ਸਾਜਿਸ਼ ਨਹੀਂ ਹੈ, ਰੁਟੀਨ ਦਾ ਕੰਮ ਹੈ। ਨਸ਼ਿਆਂ ਦੇ ਲਈ ਬਦਨਾਮ ਪਿੰਡ ਡੀਡਾ ਸਾਂਸੀਆਂ ਹੈ, ਇਸ ਕਰਕੇ ਇਸ ਨੂੰ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਨੇ। ਦੱਸ ਦੇ ਕਿ 71 ਲੋਕਾਂ ਨੂੰ ਘਰ ਖਾਲੀ ਕਰਨ ਦੇ ਲਈ ਨੋਟਿਸ ਜਾਰੀ ਇੱਥੇ ਕੀਤੇ। ਨਸ਼ੇ ਦੀ ਓਵਰਡੋਜ਼ ਦੇ ਨਾਲ ਨੌਜਵਾਨਾਂ ਦੀ ਮੌਤ ਤੋਂ ਬਾਅਦ 6 ਨਸ਼ਾ ਤਸਕਰ ਘਰ ਛੱਡ ਕੇ ਫਰਾਰ ਹੋਏ ਸੀ, ਜਿਨ੍ਹਾਂ ਦੇ ਘਰ ਪੁਲਿਸ ਵੱਲੋਂ ਸੀਲ ਕੀਤੇ ਗਏ ਸੀ। ਤਾਂ ਪਿੰਡ ਡੀਡਾ ਸਾਂਸੀਆਂ ਦੇ ਵਿੱਚ ਨਹਿਰੀ ਵਿਭਾਗ ਦਾ ਇਹ ਨੋਟਿਸ ਜੋ ਕਿ ਸਾਹਮਣੇ ਆਇਆ, ਨਹਿਰੀ ਵਿਭਾਗ ਨੇ 71 ਲੋਕਾਂ ਦੇ ਘਰ ਖਾਲੀ ਕਰਨ ਦੇ ਹੁਕਮ ਦਿੱਤੇ ਨੇ, ਨੋਟਿਸ ਜਾਰੀ ਕਰ ਦਿੱਤਾ ਗਿਆ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੇ ਗੰਭੀਰ ਇੱਥੇ ਇਲਜ਼ਾਮ ਵੀ ਲਗਾਏ ਨੇ। ਉਹਨਾਂ ਕਿਹਾ ਕਿ ਨਸ਼ਾ ਤਸਕਰਾਂ ਦੀ ਆੜ ਦੇ ਵਿੱਚ ਬਾਕੀ ਪਿੰਡ ਵਾਸੀਆਂ ਨੂੰ ਬਦਨਾਮ ਇੱਥੇ ਕੀਤਾ ਜਾ ਰਿਹਾ ਤੇ ਉੱਥੇ ਜੋ ਪ੍ਰਸ਼ਾਸਨਿਕ ਅਧਿਕਾਰੀ ਹੈ ਉਹਨਾਂ ਨੇ ਆਪਣਾ ਤਰਕ ਦਿੱਤਾ ਕਿ ਇਹ ਕੋਈ ਸਾਜਿਸ਼ ਨਹੀਂ ਹੈ, ਇਹ ਰੁਟੀਨ ਦਾ ਕੰਮ ਹੈ। ਨਹਿਰੀ ਵਿਭਾਗ ਜਿਸ ਵੱਲੋਂ 71 ਲੋਕਾਂ ਨੂੰ ਘਰ ਖਾਲੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਨੇ ਨੋਟਿਸ। ਮਸਲਾ ਜੀ, ਇਹ ਨੋਟਿਸ ਆਏ ਆ ਸਾਨੂੰ ਨਹਿਰੀ ਵਿਭਾਗ ਦੇ, ਕਹਿੰਦੇ ਘਰ ਖਾਲੀ ਕਰੋ। ਵਜ੍ਹਾ ਨਸ਼ੇ ਦਾ ਮੁੱਦਾ ਹੀ ਹੈ ਮੇਨ, ਉਹੀ ਬੰਦੇ ਮਰੇ ਸੀ ਉਹਦੇ ਤੇ ਬਾਅਦ ਹੋਇਆ ਬਸ। ਮਸਲਾ ਇਹ ਹੈ ਵੀ ਉਹਨਾਂ ਨੇ ਇਲੀਗਲ ਅਪਰੋਚਮੈਂਟ ਕੀਤੀ ਪਿੰਡ ਵਾਸੀਆਂ ਨੇ ਨਹਿਰ ਦੇ ਆਲੇ ਦੁਆਲੇ, ਅਤੇ ਸਰਕਾਰ ਇਸ ਮੈਟਰ ਨੂੰ ਲੈ ਕੇ ਬਹੁਤ ਸਖਤ ਹੈ। ਅੱਗੋਂ ਜੋ ਸਰਕਾਰ ਦੀ ਹਦਾਇਤ ਹੋਈ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਏਗੀ। ਨੋਟਸ 'ਤੇ ਇਹ ਗੱਲ ਆ ਵੀ ਕੁਛ ਇੱਥੇ ਬੰਦੇ ਕੋਈ ਨਸ਼ਾ ਨੁਸ਼ਾ ਖਾ ਕੇ ਮਰ ਗਏ, ਪਤਾ ਨਹੀਂ ਨਸ਼ਾ ਖਾ ਕੇ ਮਰ ਗਏ ਜਾਂ ਹੋਰ ਕਿਸੇ ਚੀਜ਼ ਨਾਲ ਮਰ ਗਏ, ਸਾਨੂੰ ਨਹੀਂ ਪਤਾ ਇਹ ਚੀਜ਼ ਕਰ, ਅਤੇ ਨਸ਼ਾ ਥੋੜ੍ਹਾ ਬਹੁਤਾ ਵਿਕਦਾ ਇਹ 'ਚ ਕੋਈ ਸ਼ੱਕ ਨਹੀਂ ਆ, ਪਰ ਵਿਕਦਾ ਉਹਦੇ 'ਤੇ ਪੁਲਿਸ ਨੇ ਜੋ ਕਾਨੂੰਨੀ ਕਾਰਵਾਈ ਬੰਦੀ ਉਹਨਾਂ ਦੀ ਕਰ ਦਿੱਤੀ, ਠੀਕ ਆ। ਆਪਾਂ ਵੀ ਉਸ ਚੀਜ਼ ਨਾਲ ਠੀਕ ਹੈ ਸਹਿਮਤ ਹੈ, ਜਿਹੜਾ ਅਪਰਾਧ ਕਰੇਗਾ ਉਹ ਭੁਗਤੇਗਾ, ਸਾਡੇ ਨਾਲ ਕੋਈ ਲੈਣ ਦੇਣ ਨਹੀਂ ਉਹਦਾ, ਠੀਕ ਆ। ਅਤੇ ਜੇ ਮਤਲਬ ਸਾਡਾ ਕੋਈ ਕਿਸੇ ਵੀ ਕਿਸੇ ਮਹਿਕਮੇ ਨੂੰ ਜਾਂ ਕਿਸੇ ਨੂੰ ਵੀ ਨਸ਼ੇ ਪ੍ਰਤੀ ਕੋਈ ਸਹਿਯੋਗ ਚਾਹੀਦਾ, ਆਪਾਂ ਸਹਿਯੋਗ ਦਾਂਗੇ। ਅਤੇ ਜੇ ਇਹ ਗੱਲ ਆ ਵੀ ਘਰ ਹੀ ਸਾਡੇ ਬਾਕੀ ਘਰ ਗਰੀਬਾਂ ਦੇ ਜਿਹੜੇ ਮਤਲਬ ਨਜਾਇਜ਼ ਬੰਦੇ ਆ ਜਿਹਨਾਂ ਨੂੰ ਪਤਾ ਹੀ ਨਹੀਂ ਇਸ ਚੀਜ਼ ਬਾਰੇ ਵੀ ਯਾਰ ਇਹ ਕਿਉਂ ਸਾਡੇ ਘਰ ਢਾਣ ਦੀ ਸਕੀਮ ਬਣਾਉਣ ਦੇ, ਕਿਉਂ ਕੁਛ ਬਣ ਪੁੱਟਣ ਦੀ ਸਕੀਮ ਬਣਾ ਦੇ। ਨੋਟਿਸ ਆਇਆ ਜੀ ਸਾਨੂੰ 31 ਤਰੀਕ ਨੂੰ ਨੋਟਿਸ ਮਿਲਿਆ ਜੀ, ਸਾਨੂੰ 24 ਤਰੀਕ ਨੂੰ ਨੋਟਿਸ ਇਸ਼ੂ ਹੋਇਆ ਸੀ, ਉਹਦੀ ਰਿਸੀਵਿੰਗ ਸਾਨੂੰ 31 ਤਰੀਕ ਨੂੰ ਪਵਾਈ ਇਹਨਾਂ ਨੇ, 7 ਦਿਨ ਸਾਡੇ ਤੱਕ ਨੋਟਿਸ ਨਹੀਂ ਪਹੁੰਚਿਆ। 1 ਤਰੀਕ ਨੂੰ ਸਾਨੂੰ ਪੇਸ਼ ਹੋਣ ਵਾਸਤੇ ਗਏ ਤਾਂ ਨਹਿਰ ਮਹਿਕਮੇ ਦੇ ਐਕਸੀਅਨ ਸ਼੍ਰੀ ਕਰਨਵੀਰ ਸਿੰਘ ਬੈਂਸ ਕੋਲ, ਅਸੀਂ ਉੱਥੇ ਗਏ, ਮੇਰੇ ਸਰਪੰਚ ਸਾਹਿਬ ਗਏ ਨਾਲ, ਅਸੀਂ ਪਿੰਡ ਦੇ ਹੋਰ ਬੰਦੇ ਗਏ ਜਿਨ੍ਹਾਂ ਨੂੰ ਸਾਨੂੰ ਨੋਟਿਸ ਆਏ ਦੇ ਸੀ, ਅਸੀਂ ਉੱਥੇ ਗਏ, ਅਸੀਂ ਉੱਥੇ ਜਾ ਕੇ ਮਿਲੇ ਹਾਂ। ਸਾਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਸਾਡੇ ਕੋਲ ਆਓ ਜਾਂ ਨਾ ਆਓ, ਸਾਨੂੰ ਤੁਹਾਡੇ ਨਾਲ ਕੋਈ ਫਰਕ ਨਹੀਂ ਪੈਂਦਾ, ਅਸੀਂ ਤੁਹਾਡੇ ਖਿਲਾਫ ਹੀ ਚੱਲਣਾ ਹੈ। ਨੋਟਿਸ 'ਚ ਸਾਨੂੰ ਸਰ ਉੱਥੇ ਸਾਨੂੰ ਪੇਸ਼ ਹੋਣ ਵਾਸਤੇ ਗਿਆ ਸੀ, ਸਾਡੇ ਕੋਈ 6 ਕੁ ਘਰਾਂ ਨੂੰ ਪਹਿਲੇ ਨੋਟਿਸ ਆਏ ਸੀਗੇ, ਉਹਦੇ ਵਿੱਚ ਉਹਨਾਂ ਨੇ ਪੇਸ਼ੀਆਂ ਆਪਣੀਆਂ ਉੱਥੇ ਭੁਗਤੀਆਂ ਸੀਆਂ, ਪਰ ਉਹ ਪੇਸ਼ੀਆਂ ਦਾ ਉਹਨਾਂ ਨੂੰ ਕੋਈ ਫਾਇਦਾ ਹੋਇਆ ਨਹੀਂ ਉੱਥੇ ਜਾਣ ਦਾ, ਉਹ ਬਤੌਰ ਨੋਟਿਸ 'ਤੇ ਨੋਟਿਸ ਕੱਢਦੇ ਗਏ, ਅਤੇ ਅੱਗੇ ਉਹਨਾਂ ਨੇ 4th-5th ਨੋਟਿਸ ਉਹਨਾਂ ਨੂੰ ਭੇਜਤਾ ਕਿ ਤੁਹਾਡੇ ਕੋਲ 30 ਦਿਨ ਦਾ ਟਾਈਮ ਆ, ਤੁਸੀਂ ਆਪਣੇ ਘਰ ਖਾਲੀ ਕਰ ਦੇਵੋ।